ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਗੁਰਦੀਪ ਸਿੰਘ ਨਾਮ ਦੀ ਇੱਕ ਵਿਅਕਤੀ ਦੀ ਵੱਲੋਂ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਲਈ ਉਹਨਾਂ ਤੋਂ ਪੈਸੇ ਠੱਗੇ ਗਏ ਨੇ। ਪੈਸੇ ਠੱਗਣ ਵਾਲੇ ਇਸ ਵਿਅਕਤੀ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਇੱਕ ਪੀੜਿਤ ਲੜਕੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪੀੜਿਤ ਲੜਕੀ ਨੇ ਇਸ 'ਤੇ ਆਰੋਪ ਲਗਾਏ ਨੇ ਕਿ ਉਸਨੇ ਵੱਖ ਵੱਖ ਲੋਕਾਂ ਦੇ ਕੋਲੋਂ 15 ਤੋਂ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਤਕਰੀਬਨ 5 ਲੱਖ ਰੁਪਇਆ ਰਮਨਦੀਪ ਕੌਰ ਦੇ ਕੋਲੋਂ ਵੀ ਉਹ ਠੱਗ ਚੁੱਕਿਆ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਦੱਸਿਆ ਕਿ ਉਸਦੀ ਪਤਾ ਨਹੀਂ ਕਿਹੜੇ ਵੱਡੇ ਅਫਸਰ ਤੱਕ ਪਹੁੰਚ ਹੈ, ਉਹ ਕਈ ਵਾਰ DSP ਸਾਹਿਬ ਦੇ ਸੱਦਣ 'ਤੇ ਵੀ ਨਹੀਂ ਪਹੁੰਚਿਆ। ਗੁਰਦੀਪ ਸਿੰਘ ਸਾਨੂੰ ਪੁਨਰ ਸਿੰਘ ਕੋਟੜੀ ਭਾਗ ਸਿੰਘ ਨੂੰ ਨੌਕਰੀ ਦਿਵਾਉਣ ਜਿਹੜਾ ਪਿੱਛੇ ਨੌਕਰੀ ਦਿਵਾਉਣ ਵਾਸਤੇ ਉਹਦੇ ਨਾਲ ਗੱਲਬਾਤ ਕੀਤੀ, ਉਸ ਆਦਮੀ ਨੇ ਮੇਰਾ ਠੱਗੀ ਮਾਰ ਕੇ ਨਾਲ ਮੇਰੀ ਬੇਟੀ ਨੂੰ ਨੌਕਰੀ ਪਾਈ ਆ, ਜਿਹੜਾ ਉਹ ਚੰਡੀਗੜ੍ਹ ਹਾਈਕੋਰਟ ਦੇ ਵਿੱਚ ਖੜ ਕੇ ਇਹਨਾਂ ਨੂੰ ਝੂਠੇ ਪੇਪਰ ਦਿਵਾਉਂਦਾ ਰਿਹਾ। ਪੇਪਰ ਦਿਵਾਉਣ ਤੋਂ ਬਾਅਦ ਦੇ ਵਿੱਚ ਮੁੜ ਕੇ ਸਾਨੂੰ ਪੈਸੇ ਖਾ ਕੇ ਸਾਨੂੰ ਕੋਈ ਇਨਸਾਫ਼ ਨਹੀਂ ਦਿੱਤਾ, ਅੱਜ ਤੱਕ ਕੋਈ ਇਨਸਾਫ਼ ਦਿੱਤਾ। ਇਹ ਜਦੋਂ ਇਹ ਬੇਟੀ ਮੇਰੀ ਪੜ੍ਹਦੀ ਸੀ MA ਕਲਾਸ ਦੇ ਵਿੱਚ, ਮੈਨੂੰ ਮੈਂ ਉਸਨੂੰ ਕਿਹਾ, ਮੈਂ ਕਿਹਾ ਮੈਂ ਬੇਟੀ ਨੂੰ ਪੇਪਰ ਦਿਵਾਉਣ ਵਾਸਤੇ ਭੇਜਿਆ ਕਿ ਨਾ ਭੇਜਿਆ, ਉਹਨੇ ਉਸ ਆਦਮੀ ਨੇ ਮੈਨੂੰ ਕਿਹਾ ਕਿ ਬੇਟੀ ਨੂੰ ਪੇਪਰ ਦਿਵਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਨੌਕਰੀ ਪੂਰੀ ਪੱਕੀ ਮਿਲ ਜਾਣੀ ਆ, 5 ਲੱਖ ਰੁਪਏ ਦੀ ਉਸ ਆਦਮੀ ਨੇ ਠੱਗੀ ਮਾਰੀ। ਜਦੋਂ ਅਸੀਂ ਪੈਸੇ ਉਸ ਕੋਲ ਆਦਮੀ ਕੋਲ ਮੰਗੇ, ਉੱਤੋਂ ਉੱਥੇ ਥੋੜ੍ਹਾ ਦਬਾਅ ਪਾਇਆ, ਫਿਰ ਉਸਨੇ ਹਰਿਆਣਾ ਹਾਈਕੋਰਟ ਦੇ ਵਿੱਚ ਸਾਡੇ 'ਤੇ ਰਿੱਟ ਪਾਈ, ਕਿਉਂਕਿ ਉਸਨੇ ਕਿਹਾ ਕਿ ਇਹ ਰਲ ਮਿਲ ਕੇ ਮੈਨੂੰ ਘੁਮਾਣ ਥਾਣੇ ਸੱਦ ਕੇ ਰਿਹਾਇਸ਼ ਕਰਦੇ ਆ ਅਤੇ ਕੁੱਟਮਾਰ ਕਰਦੇ ਆ। ਫਿਰ ਉਹਦੇ ਵਿੱਚ ਉਸਨੇ ਆਪਣੇ ਜਾਨ ਦੇ ਕੇ ਆਪ ਹੀ ਵਾਪਸ ਲਿਆ ਕਿ ਮੈਂ ਮੇਰੇ ਨਾਲ ਕੋਈ ਲੈਣ ਦੇਣ ਨਹੀਂ। ਬਾਅਦ ਦੇ ਵਿੱਚ ਮੈਂ DSP ਸਾਹਿਬ ਸਰਦਾਰ ਗੁਰਦੀਪ ਸਿੰਘ ਨੂੰ ਇਹਦੇ ਵਾਸਤੇ ਐਪਲੀਕੇਸ਼ਨ ਦਿੱਤੀ ਹੋਈ ਆ 1/5/2019 ਨੂੰ। ਜਦੋਂ ਮੈਂ ਐਪਲੀਕੇਸ਼ਨ ਦਿੱਤੀ ਇਸ ਆਦਮੀ ਕਿਲਾਲ ਨੂੰ, ਜਿਸ ਵੇਲੇ ਪਤਾ ਲੱਗਾ ਇਸ ਆਦਮੀ ਨੂੰ ਚੁੱਕ ਕੇ ਮੇਰੇ ਉੱਤੇ ਫਿਰ ਇੱਕ ਰਿੱਟ ਪਾਤੀ ਆ ਕਿ ਇਹ ਮੈਨੂੰ ਫਿਰ ਰਿਹਾਇਸ਼ ਕਰਦਾ, ਕੁੱਟਮਾਰ ਕਰਨ ਦਾ ਜ਼ਰੀਆ ਬਣਾਉਂਦਾ ਬਟਾਲਾ ਹਾਈਕੋਰਟ ਦੇ ਵਿੱਚ। 22 ਤਰੀਕ ਉਹਦੀ ਮੈਨੂੰ ਪੈ ਚੁੱਕੀ ਆ, ਇਸ ਆਦਮੀ ਨੇ ਸਾਡੇ ਰੱਜ ਕੇ ਠੱਗੀ ਮਾਰੀ। ਮੈਂ ਪ੍ਰਸ਼ਾਸਨ ਕੋ, ਪੁਲਿਸ ਕੋ, ਹਰ ਸਰਕਾਰੀ ਮਹਿਕਮੇ ਕੋ ਅਪੀਲ ਕਰਨਾ ਕਿ ਮੇਰੇ ਪੈਸੇ ਵਾਪਸ ਹੋਏ ਜਾਣ। ਇਹ ਪੱਕਾ ਇੰਟਰਨੈਸ਼ਨਲ ਠੱਗਵਾ, ਅੱਗੇ ਤੋਂ ਵੀ ਕਿਸੇ ਨਾਲ ਠੱਗੀ ਮਾਰਦਾ, ਇਹ ਹਿੰਮਤ ਨਾ ਕਰੇ, ਇਹੋ ਜਿਹਾ ਇਸ ਨੂੰ ਸ਼ਿਕੰਜਾ ਪਾਇਆ ਜਾਵੇ। ਬਾਜਵਾ ਸਾਹਿਬ ਦੇ ਨੋਟਿਸ 'ਚ ਗੱਲ ਹੈ, ਔਰ SSP ਸਾਹਿਬ ਨੂੰ, ਬਾਜਵਾ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਬੰਦਿਆਂ ਨੂੰ ਇਨਸਾਫ ਦਵਾਇਆ ਜਾਏ। ਇਹ ਬੇਟੀ ਜੋ ਸਾਡੀ ਧੀ ਹੈ, ਇਹਨਾਂ ਬੰਦਿਆਂ ਨੇ ਰੋ ਰੋ ਕੇ ਇਹ ਕੁੜੀ ਕੋਲ ਬੋਲਿਆ ਨਹੀਂ ਜਾ ਰਿਹਾ, ਵੀ ਇੰਨੀ ਉਹ ਭਾਵੁਕ ਹੋ ਚੁੱਕੀ ਹੈ ਵੀ ਉਹਦਾ ਨਾ ਸ਼ਾਦੀ ਹੋ ਸਕਦੀ ਹੈ ਨਾ ਵਿਚਾਰਿਆ। ਜੋ ਪੈਸਾ ਧੇਲਾ ਮਿਹਨਤ ਕਰਕੇ ਜੋੜਿਆ ਸੀ 5 ਲੱਖ ਰੁਪਈਆ, ਇਹ ਗੁਰਦੀਪ ਸਿੰਘ ਸਾਨੂੰ ਕੁੰਨਣ ਸਿੰਘ ਪਿੰਡ ਕੋਟਲੀ ਭਾਣ ਸਿੰਘ ਦਾ ਰਹਿਣ ਵਾਲਾ ਵਾ, ਇਹਦਾ ਕਿੱਤਾ ਠੱਗੀ ਦਾ, ਇਹ ਠੱਗੀ ਤੋਂ ਬਗੈਰ ਰਹਿ ਨਹੀਂ ਸਕਦਾ, ਇਹਦਾ ਕੰਮਕਾਰ ਕੋਈ ਨਹੀਂ ਹੈਗਾ, ਨਾ ਪੁਲਿਸ ਇਹਨੂੰ ਹੱਥ ਪਾਉਂਦੀ ਹੈ, 1 ਮਿੰਟੇ ਦਾ ਫੋਨ ਬੰਦ ਨਹੀਂ ਹੁੰਦਾ। ਪਤਾ ਨਹੀਂ ਇਹ ਕਿਹੜਾ IG ਨਾਲ ਸੰਪਰਕ ਰੱਖੇ ਨੇ, ਇੱਕ ਕਮਿਸ਼ਨਰ ਪਿਆਸਾ ਜੀ ਦਾ ਨਾਂ ਲੈਂਦਾ ਸੀ, ਇਹ ਦਰਦੀ ਸਾਹਿਬ ਨੂੰ ਕਹਿੰਦਾ ਕਿ ਕਮਿਸ਼ਨਰ ਪਿਆਸਾ ਜੀ ਦਾ ਬੰਦਾ ਮੈਂ, ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹਦਾ ਪਿਆਸਾ ਜੀ ਨਾਲ ਕੀ ਲਿੰਕ ਨੇ। ਦ ਸਟੇਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਇਕਬਾਲ ਵਾਲੀਆ ਦੀ ਰਿਪੋਰਟ।